ਇੱਕ ਦਰਦਨਾਕ ਸੜਕ ਹਾਦਸੇ ਨੇ ਮਾਸੂਮ ਨਿੱਕੇ ਨਿੱਕੇ ਬੱਚਿਆਂ ਦਾ ਪਿਓ ਉਹਨਾਂ ਤੋਂ ਖੋ ਲਿਆ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਰਦਾਰ ਆਪਣੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਇੱਕ ਦੋਸਤ ਨਾਲ ਜਾ ਰਿਹਾ ਸੀ ਤਾਂ ਪਹਿਲਾਂ ਬਾਈਕ ਨੂੰ ਇੱਕ ਕਾਰ ਟੱਕਰ ਮਾਰ ਦਿੰਦੀ ਹੈ ਤੇ ਫਿਰ ਇਹ ਬਾਈਕ ਸਾਹਮਣੇ ਤੋਂ ਆਉਂਦੇ ਇੱਕ ਟਰਾਲੇ ਦੇ ਹੇਠਾਂ ਵੜ ਜਾਂਦੀ ਹੈ। ਪਿੱਛੇ ਬੈਠਾ ਦੋਸਤ ਤਾਂ ਪਿੱਛੇ ਹੀ ਡਿੱਗ ਜਾਂਦਾ ਹੈ ਪਰ ਮੋਟਰਸਾਈਕਲ ਚਲਾਉਂਦਾ ਇਹ ਸਰਦਾਰ ਪੁੱਤ ਇਸ ਟਰਾਲੇ ਦੇ ਹੇਠਾਂ ਆ ਜਾਂਦਾ ਹੈ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ। ਪਰਿਵਾਰ ਤੋਂ ਇਹ ਦੁੱਖ ਚੱਲ ਨਹੀਂ ਹੋ ਰਿਹਾ ਕਿਉਂਕਿ ਇਸ ਸ਼ਖਸ ਦੇ ਮਾਸੂਮ ਛੋਟੇ ਛੋਟੇ ਬੱਚੇ ਨੇ 4 ਕੁ ਮਹੀਨੇ ਦੀ ਧੀ ਹੈ ਤੇ 1.5 ਕੁ ਸਾਲ ਦਾ ਪੁੱਤ ਹੈ ਜਿਨ੍ਹਾਂ ਨੂੰ ਇਹ ਪਿੱਛੇ ਰੋਂਦੇ ਹੋਏ ਛੱਡ ਗਿਆ ਹੈ। ਦੱਸਿਆ ਜਾ ਰਿਹਾ ਕਿ 29 ਸਾਲਾਂ ਲਖਵਿੰਦਰ ਸਿੰਘ ਜੋ ਕਿ ਲੁਧਿਆਣੇ ਦੇ ਹੀ ਰਹਿਣ ਵਾਲਾ ਹੈ ਆਪਣੇ ਦੋਸਤ ਜਗਜੀਤ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਕੋਟਕਪੂਰਾ ਤੋਂ ਲੁਧਿਆਣੇ ਨੂੰ ਆ ਰਿਹਾ ਸੀ। ਜਿਵੇਂ ਹੀ ਇਹ ਗਲੀ ਚੋਂ ਬਾਹਰ ਨਿਕਲਦੇ ਨੇ ਤਾਂ ਪਹਿਲਾਂ ਇੱਕ ਕਾਰ ਇਹਨਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੰਦੀ ਹੈ ਜਿਸ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਸਾਹਮਣੇ ਤੋਂ ਆ ਰਹੇ ਟਰਾਲੇ ਦੇ ਹੇਠਾਂ ਜਾ ਵੜਦਾ ਹੈ। ਪਿੱਛੇ ਬੈਠਾ ਦੋਸਤ ਪਹਿਲਾਂ ਹੀ ਡਿੱਗ ਜਾਂਦਾ ਹੈ ਜਦਕਿ ਲਖਵਿੰਦਰ ਬਾਈਕ ਸਣੇ ਇਸ ਟਰਾਲੇ ਦੇ ਹੇਠਾਂ ਆ ਜਾਂਦਾ ਹੈ, ਕੁਚਲਿਆ ਜਾਂਦਾ ਹੈ ਤੇ ਮੌਕੇ ਤੇ ਹੀ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ। ਜਦੋਂ ਇਹ ਖਬਰ ਮਾਪਿਆਂ ਨੂੰ ਪਤਾ ਲੱਗਦੀ ਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਇਸ ਨੌਜਵਾਨ ਦੇ ਨਿੱਕੇ ਨਿੱਕੇ ਬੱਚੇ ਨੇ, ਪਤਨੀ ਹੈ ਤੇ ਬਜ਼ੁਰਗ ਮਾਂ ਬਾਪ ਨੇ ਜਿਨ੍ਹਾਂ ਨੂੰ ਇਹ ਪਿੱਛੇ ਰੋਂਦਾ ਹੋਇਆ ਛੱਡ ਗਿਆ ਹੈ। ਉਧਰ ਪੁਲਿਸ ਵੱਲੋਂ ਕਾਰ ਤੇ ਟਰਾਲੇ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ ਅਸੀਂ, ਮੈਂ ਲੁਧਿਆਣੇ ਦਾ ਰਹਿਣ ਵਾਲਾ ਜਗਜੀਤ ਸਿੰਘ ਮੇਰਾ ਨਾਮ ਆ, ਇਹ ਮੇਰਾ ਦੋਸਤ ਹੀ ਫਰੈਂਡ ਸੀ, ਇਹਦੀ ਜਨਾਨੀ ਦਾ ਥੋੜ੍ਹਾ ਜਿਹਾ ਝਗੜਾ ਜਿਹਾ ਸੀ, ਉਹ ਲੈਣ ਵਾਸਤੇ ਆਏ ਸੀ, ਅਸੀਂ ਲੈ ਕੇ ਜਨਾਨੀਆਂ ਨੂੰ ਬੱਸ 'ਚ ਬਿਠਾ ਦਿੱਤਾ ਹੈ, ਅਸੀਂ ਬਾਈਕ 'ਤੇ ਸੀ, ਬਾਈਕ ਅਸੀਂ ਲੈ ਕੇ ਜਾ ਰਹੇ ਸੀ, ਇੱਕ ਅੱਗੇ ਧਰਮ ਕੰਢਾ ਆਉਂਦਾ ਹੈ, ਉਹ ਕੰਢੇ ਦੇ ਵਿਚਕਾਰ ਇੱਕ ਗਲੀ ਹੈ, ਉਹ ਕਾਰ ਵਾਲਾ ਇੱਕਦਮ ਆਇਆ, ਕਾਰ ਦੇ ਵਿੱਚ ਬਾਈਕ ਵੱਜਾ, ਪਿੱਛੋਂ ਟਰਾਲਾ ਆ ਰਿਹਾ ਸੀ, ਕਾਰ ਹੈਗੀ ਸੀ ਤੇਜ਼, ਉਹ ਇੱਕਦਮ ਮੇਰੀਆਂ ਤਾਂ ਬਾਜ਼ੀਆਂ ਪੈ ਗਈਆਂ, ਉਹਦਾ ਬਾਈਕ ਸੀ, ਬਾਈਕ ਦਾ ਹੈਂਡਲ ਵੱਜ ਗਿਆ ਟਰਾਲੇ 'ਚ, ਉਹ ਟਰਾਲੇ ਦੇ ਅਗਲੇ ਚੱਕੇ 'ਤੇ ਕਿਸੜਦਾ ਹੀ ਚਲਾ ਗਿਆ ਨਾਲ। ਮੌਕੇ 'ਤੇ ਹੀ ਡੈਥ ਹੋ ਗਈ ਆ, ਉਦੋਂ ਹੀ ਪਤਾ ਲੱਗ ਚੁੱਕਾ ਸੀ। ਉਹਦਾ ਨਾਮ ਜਤਿੰਦਰ ਸਿੰਘ ਹੈ, ਠੀਕ ਹੈ ਜੀ, ਮੌਕੇ 'ਤੇ ਹੀ ਡੈਥ ਹੋ ਗਈ ਉਹਦੀ। ਮੰਗ ਇਨਸਾਫ ਕਰਾਂਗੇ, ਜਿੱਦਾਂ ਦੇ ਉਹਨਾਂ ਦੇ ਹਾਲਾਤ ਆ, ਇਨਸਾਫ ਮਿਲੇ। ਪਰਿਵਾਰ ਗਰੀਬ, 27 ਸਾਲ ਦਾ ਮੁੰਡਾ ਸੀ, 27-28 ਸਾਲ ਦਾ, ਇੱਕ ਉਹਦੀ 4 ਮਹੀਨਿਆਂ ਦੀ ਬੇਟੀ ਆ ਅਤੇ ਲੜਕਾ ਹੈ ਉਹਦਾ 1.5 ਕੁ ਸਾਲ ਦਾ। ਕੀ ਮਾਮਲਾ ਔਰ ਕੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਔਰ ਕੀ ਜਾਣਕਾਰੀ? ਅੱਜ ਇੱਕ ਮੋਗਾ ਕੋਟਕਪੂਰਾ ਰੋਡ 'ਤੇ ਇੱਕ ਐਕਸੀਡੈਂਟ ਹੋਇਆ ਦੁਪਹਿਰੇ, ਉਹਦੇ 'ਚ ਜਿਹੜਾ ਬੰਦਾ ਇੰਜਰਡ ਹੋਇਆ ਸੀਗਾ ਉਹਨੂੰ ਸਿਵਲ ਹਸਪਤਾਲ ਕੋਟਕਪੂਰੇ ਦਾਖਲ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਕਰਾਰ ਦਿੱਤਾ। ਉਹਦੇ ਬਾਰੇ ਉਹਨਾਂ ਦੇ ਬਿਆਨਾਂ ਤੋਂ ਲਿਖ ਕੇ ਜੋ ਵੀ ਬਣਦੀ ਕਾਰਵਾਈ ਉਹ 'ਤੇ ਕੀਤੀ ਜਾਊਗੀ। ਕੁਛ ਪਤਾ ਲੱਗਿਆ ਕਿ ਕਿੱਥੋਂ ਦੇ ਰਹਿਣ ਵਾਲੇ ਸੀ? ਇਹ ਲੁਧਿਆਣੇ ਦੇ ਰਹਿਣ ਵਾਲੇ ਜੀ, ਇਹ ਇੱਥੇ ਇਹਨਾਂ ਦੇ ਇੱਕ ਲੜਕਾ ਕੋਈ ਸੀਗਾ ਇੱਥੇ ਮੈਰਿਡ, ਉਹਨਾਂ ਦੇ ਪਰਿਵਾਰ ਨੂੰ ਲੈਣ ਵਾਸਤੇ ਆਏ ਸੀਗੇ, ਇਹ ਦੋ ਮੋਟਰਸਾਈਕਲਾਂ 'ਤੇ ਸਵਾਰ ਸੀਗੇ 4 ਜਣੇ, ਅਤੇ ਬਾਕੀ ਇਹਨਾਂ ਦਾ ਪਰਿਵਾਰ ਬੱਸ 'ਤੇ ਚਲਾ ਗਿਆ ਅਤੇ ਇਹਨਾਂ ਦਾ ਜਾਂਦਿਆਂ ਦਾ ਰਸਤੇ 'ਚ ਆਪਣੇ ਕੋਣੀ ਇਹ ਉਹ ਤਿੰਨ ਚੀਜ਼ਾਂ ਕਹਿੰਦੇ ਆ ਜੀ। ਮੋਟਰਸਾਈਕਲ ਇੱਕ ਕਾਰ ਖੜ੍ਹੀ ਸੀ ਉੱਥੇ ਸਾਈਡ 'ਤੇ, ਮੂਹਰੋਂ ਟਰੱਕ ਆ ਰਿਹਾ ਸੀਗਾ ਅਤੇ ਇਹ ਅਸੀਂ ਕੈਮਰੇ ਵਗੈਰਾ ਚੈੱਕ ਕਰਕੇ ਸਾਰਾ ਕੁਛ ਵੈਰੀਫਾਈ ਕਰ ਰਹੇ ਹਾਂ ਅਤੇ ਜੋ ਵੀ ਗੱਲ ਸਾਹਮਣੇ ਆਊਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ।